ਸਰਕਾਰੀ ਹਸਪੀਟਲ ਦੇ ਬੈੱਡਾਂ ਤੇ ਪਏ ਇਹ ਕੈਂਸਰ ਦੇ ਮਰੀਜ਼ ਨੇ ਜੋ ਹਵਾ ਦੇ ਇੱਕ ਬੁੱਲੇ ਨੂੰ ਤਰਸੇ ਪਏ ਨੇ। ਵਾਰਡ ਦੇ ਵਿੱਚ ਏਸੀ ਖਰਾਬ ਹੋ ਚੁੱਕਿਆ, ਲੋਕਾਂ ਨੇ ਆਪੋ ਆਪਣੇ ਪੱਖੇ ਇੱਥੇ ਲਿਆ ਕੇ ਰੱਖੇ ਹੋਏ ਨੇ ਔਰ ਆਪੋ ਆਪਣੇ ਪੱਖਿਆਂ ਦੇ ਨਾਲ ਆਪਣੇ ਮਰੀਜ਼ਾਂ ਦੀ ਦੇਖਭਾਲ ਉਹਨਾਂ ਨੂੰ ਹਵਾ ਦਿੱਤੀ ਜਾ ਰਹੀ ਹੈ। ਤਾਂ ਹਸਪੀਟਲ ਦੇ ਪੁਖਤਾ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਹੈ ਔਰ ਲੋਕ ਇੱਥੇ ਬੇਹਾਲ ਨੇ, ਗਰਮੀ ਦੇ ਸਤਾਏ ਹੋਏ ਨੇ, ਭਾਵੇਂ ਕਿ ਇਲਾਜ ਤੋਂ ਸੰਤੁਸ਼ਟ ਨੇ ਪਰ ਇੱਥੋਂ ਦੇ ਜੋ ਮਾੜੇ ਹਾਲਾਤ ਨੇ ਉਹਨਾਂ ਤੋਂ ਬੇਹੱਦ ਦੁਖੀ ਨੇ, ਕਿਉਂਕਿ ਪੂਰੀ ਵਾਰਡ ਦੇ ਵਿੱਚ ਇਹ ਪੂਰੀ ਇੱਕ ਕੈਂਸਰ ਮਰੀਜ਼ਾਂ ਦੀ ਵਾਰਡ ਹੈ ਜਿੱਥੇ ਪੱਖੇ ਖੜ੍ਹੇ ਹੋਏ ਨੇ, ਏਸੀ ਕੰਮ ਨਹੀਂ ਕਰ ਰਹੇ। ਤਾਂ ਲੋਕਾਂ ਨੇ ਆਪਣੇ ਦਾਤੀ ਫਰੇ ਪੱਖਿਆਂ ਦੇ ਨਾਲ ਆਪਣੇ ਮਰੀਜ਼ਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਇਹ ਤਸਵੀਰਾਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਦੀਆਂ ਨੇ। ਇੱਥੋਂ ਦੇ ਮਰੀਜ਼ ਇਲਾਜ ਤੋਂ ਸੰਤੁਸ਼ਟ ਨੇ ਪਰ ਜੋ ਇੱਥੇ ਹਾਲਾਤ ਨੇ ਉਹਨਾਂ ਨੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ। ਲੋਕ ਆਪੋ ਆਪਣੇ ਪੱਖੇ ਲਿਆ ਕੇ ਆਪਣੇ ਮਰੀਜ਼ਾਂ ਦੇ ਕੋਲ ਰੱਖ ਰਹੇ ਨੇ ਤਾਂ ਜੋ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਖਰਾਬੀ ਨਾ ਆਵੇ। ਖਾਸ ਕਰਕੇ ਕੀਮੋ ਲਗਾਉਣ ਵਾਲੇ ਮਰੀਜ਼ਾਂ ਨੂੰ ਕਾਫੀ ਗਰਮੀ ਲੱਗਦੀ ਹੈ ਕਿਉਂਕਿ ਉਹ ਦਵਾਈ ਵੀ ਗਰਮ ਹੁੰਦੀ ਹੈ, ਪਰ ਗਰਮੀ ਦੇ ਚੱਲਦੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਏਸੀ ਕੰਮ ਨਹੀਂ ਕਰਦੇ, ਪੱਖੇ ਵੀ ਹਸਪੀਟਲ ਦੇ ਖੜ੍ਹੇ ਹੋਏ ਨੇ। ਤਾਂ ਹੁਣ ਲੋਕਾਂ ਨੇ ਆਪੋ ਆਪਣੇ ਪੱਖੇ ਲਿਆ ਕੇ ਆਪਣੇ ਮਰੀਜ਼ਾਂ ਦੇ ਕੋਲ ਲਗਾ ਦਿੱਤੇ। ਔਰ ਦੂਜੇ ਪਾਸੇ ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਸਮੱਸਿਆ ਅੱਜ ਹੀ ਆਈ ਹੈ ਔਰ ਜਲਦ ਏਸੀ ਨੂੰ ਠੀਕ ਕਰਵਾਇਆ ਜਾਵੇਗਾ। ਹਾਲਾਤ ਜੀ, ਜਿਹੜੇ ਡਾਕਟਰ ਆ ਉਹ ਤਾਂ ਬਹੁਤ ਸਿਆਣੇ ਆ ਜੀ, ਇੱਥੇ ਬਹੁਤ ਮਤਲਬ ਵਧੀਆ ਡਾਕਟਰ ਆ। ਜੋ ਇੱਥੇ ਰਹਿਣ ਦਾ ਪ੍ਰਬੰਧ ਹੈ, ਇੱਥੇ ਘੱਟੋ ਘੱਟ 50 ਮਰੀਜ਼ ਹੁੰਦੇ ਆ ਜੀ, 50 ਹੀ ਉਹਨਾਂ ਦੇ ਨਾਲ ਰਿਸ਼ਤੇਦਾਰ ਹੁੰਦੇ ਆ ਜਾਂ ਉਹਨਾਂ ਦੇ ਘਰਦੇ ਹੁੰਦੇ ਆ ਜੀ। ਅਤੇ ਨਾ ਤਾਂ ਇੱਥੇ ਏਸੀ ਚੱਲਦੇ ਆ ਜੀ, ਨਾ ਕੋਈ ਪੱਖਾ ਜੀ, ਸਾਰੇ ਬੰਦੇ ਪੱਖੇ ਆਪਦੇ ਲੈ ਕੇ ਆਉਂਦੇ ਜੀ। ਹੁਣ 50 ਮਰੀਜ਼ ਆ, 50 ਨਾਲ ਉਹਨਾਂ ਦੇ ਰਿਸ਼ਤੇਦਾਰ ਚਾਹੇ ਘਰਦੇ ਆ, ਟੋਇਲਟਾਂ ਵੀ 3 ਹੀ ਆ, ਉਹ ਵੀ ਨਹੀਂ ਕੋਈ ਸਾਫ਼ ਜੀ। ਨਾ ਕੋਈ ਇੱਥੇ ਜਿਹੜਾ ਮਰੀਜ਼ਾਂ ਦੇ ਬਾਹਰ ਰਹਿਣ ਦਾ ਪ੍ਰਬੰਧ ਉਹ ਵੀ ਹੈ ਨਹੀਂ, ਬਿਲਕੁਲ ਹੀ ਹੈ ਨਹੀਂ ਗਾ ਜੀ। ਜਦੋਂ ਮਰੀਜ਼ ਦੇ ਕੀਮੋ ਲੱਗਦੀ ਆ ਉਦੋਂ ਚਾਹੇ ਤੁਹਾਨੂੰ ਉਲਟੀਆਂ ਲੱਗਦੀਆਂ, ਚਾਹੇ ਉਹਨੂੰ ਟੋਇਲਟ ਲੈਟਰੀਨਾਂ ਲੱਗ ਜਾਂਦੀਆਂ, ਉਦੋਂ ਵੀ ਬਹੁਤ ਦਿੱਕਤ ਆਉਂਦੀ ਆ। ਬਹੁਤ ਜ਼ਿਆਦਾ ਗਰਮੀ ਆ ਜੀ ਇੱਥੇ ਮਰੀਜ਼ਾਂ ਨੂੰ ਰਹਿਣ ਲਈ, ਬਹੁਤ ਕਈ ਮਰੀਜ਼ ਤਾਂ ਉੱਠ ਕੇ ਰਾਤ ਨੂੰ ਬਾਹਰ ਚਲੇ ਜਾਂਦੇ ਆ ਜੀ। ਕੋਈ ਏਸੀ ਨਹੀਂ ਚੱਲਦਾ ਜੀ, ਲੋਕਾਂ ਨੇ ਦਾਨ ਕੀਤੇ ਹੋਏ ਏਸੀ ਤੋਂ ਵੀ ਨਹੀਂ ਚੱਲ ਰਿਹਾ ਜੀ। ਸਾਰੇ ਮਰੀਜ਼ ਪੱਖਾਂ ਆਪੋ ਆਪਣੀਆਂ ਨਾਲ ਲੈ ਕੇ ਆਉਂਦੇ ਆ। ਨਹੀਂ ਕੁਛ ਨਹੀਂ ਜੀ, ਉੱਥੇ ਇੱਕ ਦਿਨ ਮੈਡੀਕਲ ਸੁਪਰਡੈਂਟ ਦੇ ਆਇਆ ਸੀਗਾ, ਅਸੀਂ ਉਹਨੂੰ ਮਿਲਣਾ ਵੀ ਚਾਹਿਆ ਗੁਰਾ ਦਿੱਤਾ ਸਿੰਘ ਜੀ, ਅਤੇ ਉਹ ਉੱਧਰ ਦੀ ਉੱਧਰ ਵਾਪਸੀ ਹੋ ਗਿਆ, ਇੱਥੇ ਕੋਈ ਨਹੀਂ ਆਇਆ ਜੀ। ਖਾਸ ਕਰਕੇ ਜਿਹੜਾ ਇੱਥੇ ਨਾ ਕੈਂਸਰ ਵਾਰਡ ਆ, ਇਹ ਮਰੀਜ਼ਾਂ ਦੇ ਦਵਾਈ ਬਹੁਤ ਗਰਮ ਲੱਗਦੀ ਹੈ ਅਤੇ ਮਰੀਜ਼ਾਂ ਨੂੰ ਬਹੁਤ ਤਕਲੀਫ ਆ ਜੀ। ਮਰੀਜ਼ ਤਾਂ ਉੱਠ ਉੱਠ ਕੇ ਰਾਤ ਨੂੰ ਬਾਹਰ ਨੂੰ ਜਾਂਦੇ ਆ, ਕੋਈ ਜਾਣ ਨਹੀਂ ਦਿੰਦੇ, ਨਾ ਟੋਇਲਟ ਨਾ ਬਾਥਰੂਮ। ਉਹਨਾਂ ਵਾੜਾਂ 'ਚੋਂ ਕਹਿੰਦੇ ਆਪਣੇ ਵਾੜ ਬਾਥਰੂਮ ਵੇਖੋ ਜੀ 3 ਹੈ, ਉਸੇ ਜੀ ਜੈਂਟਸ ਆ, ਉਸੇ ਜੀ ਲੇਡੀ, ਉੱਥੇ ਵੀ ਬੁਰਾ ਹਾਲ ਆ ਜੀ। ਨਾ ਕੋਈ ਭਾਂਡੇ ਧੋਣ ਨੂੰ ਜਗ੍ਹਾ ਇੱਥੇ, ਨਾ ਕੋਈ ਹੋਰ। ਹੁਣ ਪਤਾ ਹੀ ਆ ਏਸੀ ਦੀ ਬਹੁਤ ਪ੍ਰੋਬਲਮ ਆ, ਤਾਂ ਦੇਖੋ ਦੇ ਸਾਹਮਣੇ ਪੱਖੇ ਲਗਾਓ, ਸਾਰਿਆਂ ਨੇ ਪੱਖੇ ਲਾਏ ਪਏ ਅਤੇ ਗਰਮੀ ਵੱਲੋਂ ਬੁਰਾ ਹਾਲ ਆ, ਸਾਰਿਆਂ ਸਰੀਰ ਵੀ ਦੇਖ ਲਓ, ਸਾਰਿਆਂ ਮੁਰਖ ਨੇ ਭੇਜੇ ਪਏ ਆ, ਅਤੇ ਬਾਕੀ ਸਟਾਫ ਵੱਲੋਂ ਬਹੁਤ ਵਧੀਆ, ਸਟਾਫ ਬਹੁਤ ਕੇਅਰ ਕਰਦਾ, ਏਸੀ ਨਹੀਂ ਚੱਲ ਰਿਹਾ, ਏਸੀ ਵੱਲੋਂ ਬਹੁਤ ਵੱਡੀ ਪ੍ਰੋਬਲਮ। ਡਾਕਟਰ ਵੀ ਬਹੁਤ ਵਧੀਆ ਕਰ ਰਹੇ ਆ, ਪਰ ਹੁਣ ਆਹ ਨੀ ਪ੍ਰੋਬਲਮ ਹੱਲ ਹੋ ਰਹੀ ਏਸੀ ਦੀ, ਇਹਦੇ ਸਾਰੇ ਮਰੀਜ਼ਾਂ ਦੇ ਬੁਰਾ ਹਾਲਾਤ ਦੇਖ ਲਓ। ਤਿਆਰ ਹੋ ਗਏ, ਕੀ ਮੰਗ ਕਰਦੇ ਨੇ? ਮੰਗ ਕਰਨ ਵੀ ਏਸੀ ਚੱਲ ਕੀਤੇ ਜਾਣ ਅਤੇ ਥੋੜ੍ਹਾ ਜਿਹਾ ਲੋਕਾਂ ਨੂੰ ਸੌਖਾ ਹੋ ਜਾਵੇ ਗਰਮੀ ਤੋਂ। ਆਪਣਾ ਲੀਲਾ ਚਕਰਾਉਣ ਕੋਲ ਜੀ, ਵੈਸੇ ਅਸੀਂ 3 ਦਿਨ ਰਹਿੰਦੇ ਹੁੰਦੇ ਹਾਂ ਜੀ, ਕੱਲ੍ਹ ਦਾਖਲ ਹੋਏ ਹਾਂ, ਕੱਲ੍ਹ ਨੂੰ ਛੁੱਟੀ ਹੋਣੀ ਸਾਡੀ। ਅੱਜ ਤਾਂ ਬਸ ਇਹ ਹੈ ਵੀ ਬਾਕੀ ਤਾਂ ਸਟਾਫ ਤਾਂ ਬਹੁਤ ਅੱਛੀ ਡੀਲ ਕਰਦਾ, ਕਰ ਜਾਂਦਾ ਜਿੰਨੀ ਕੁ ਨਾ ਹੁੰਦੀ ਆ ਡੀਲ, ਬਾਕੀ ਇਹ ਆ ਥੋੜ੍ਹਾ ਗਰਮੀ ਦੀ ਇੱਥੇ ਜ਼ਿਆਦਾ ਬਹੁਤ ਇਸ਼ੂ ਆ, ਬਹੁਤ ਜ਼ਿਆਦਾ ਆ, ਕਿਉਂਕਿ ਕੀਮੋ ਨਾਲ ਵੀ ਪੇਸ਼ੈਂਟ ਨੂੰ ਆਲਰੇਡੀ ਗਰਮ ਹੁੰਦੀ ਹੈ, ਮਤਲਬ ਗਰਮੀ ਲੈ ਕੇ ਜਦੋਂ ਏਸੀ ਵੀ ਥੋੜ੍ਹਾ ਵਰਕ ਨਹੀਂ ਕਰਦੇ, ਬਹੁਤ ਜ਼ਿਆਦਾ ਤੰਗੀ ਆ ਗਰਮੀ ਨੂੰ ਲੈ ਕੇ।
ਜ਼ਿਆਦਾ ਮਰੀਜ਼ ਦੀ ਹਾਲਤ ਦੇਖੋ ਕਿੱਦਾਂ ਦੀ ਖਰਾਬ ਹੈ, ਏ ਸੀ ਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਥੋੜ੍ਹਾ ਬਹੁਤਾ, ਮਤਲਬ ਮਰੀਜ਼ ਪਰੇਸ਼ਾਨ ਆ। ਨਹੀਂ ਜੀ ਇੱਥੇ ਤਾਂ ਨਹੀਂ, ਇੰਨੀ ਤਾਂ ਨਹੀਂ ਹੋਣਾ ਜੀ, ਵੈਸੇ ਅਸੀਂ ਹੁਣ ਲਾਜ ਟ੍ਰੀਟਮੈਂਟ ਸਾਡਾ ਸ਼ੁਰੂ ਹੋਇਆ, ਅਸੀਂ ਉੱਥੇ ਕਰਾਉਣ ਲੱਗੇ ਟ੍ਰੀਟਮੈਂਟ, 6 ਮੰਥ ਹੀ ਹੋਏ ਆ ਸਾਨੂੰ। ਆਪਾਂ ਜਲੰਧਰ ਤੋਂ ਜੀ। ਮੇਰਾ ਭੁਪਿੰਦਰ ਸਿੰਘ ਜੀ। ਹਾਂਜੀ ਕਰਮਜੀਤ ਕੌਰ ਜੀ, ਮੇਰੇ ਮਦਰ ਆਏ। ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਏ ਸੀ ਖਰਾਬ ਹੋਣ ਦੀ ਆਈ ਹੈ, ਇਹ ਅੱਜ ਹੀ ਆਈ ਹੈ, ਅਤੇ ਇਹਨਾਂ ਨੂੰ ਆਪਣੇ ਲੈਵਲ 'ਤੇ ਅਸੀਂ ਚੈੱਕ ਕਰਵਾ ਰਹੇ ਹਾਂ, ਜੇਈ ਨੂੰ ਅਸੀਂ ਅਪੁਆਇੰਟ ਕਰ ਦਿੱਤਾ ਹੈ, ਉਹ ਸਾਨੂੰ ਰਿਪੋਰਟ ਦੇਣਗੇ ਅਤੇ ਏ ਸੀ ਜਲਦੀ ਤੋਂ ਜਲਦੀ ਠੀਕ ਕਰਵਾ ਦਿੱਤੇ ਜਾਣਗੇ। ਸਾਡੇ ਕੋਲ ਇੱਥੇ ਹੋਸਪਿਟਲ ਵਿੱਚ 200+ ਏ ਸੀ ਨੇ ਜਿਹੜੇ ਠੀਕ ਤਰੀਕੇ ਨਾਲ ਚੱਲਦੇ ਨੇ। ਮਸ਼ੀਨਰੀ ਇਹ ਜੀ ਕਦੇ ਖਰਾਬ ਹੋ ਗਈ ਤਾਂ ਉਹਦੀ ਜਿਹੜੀ ਰਿਪੋਰਟ ਆਉਂਦੀ ਹੈ, ਜੇ ਉਹ ਖਰਾਬ ਹੁੰਦੇ ਨੇ ਉਹਨਾਂ ਨੂੰ ਟਾਈਮਲੀ ਰਿਪੇਅਰ ਕਰਵਾ ਦਿੱਤਾ ਜਾਂਦਾ ਹੈ। ਮੇਰੇ ਕੋਲ ਡਿਪਾਰਟਮੈਂਟ ਦੀ ਤਰਫ ਤੋਂ ਰਿਪ੍ਰੈਜੈਂਟੇਸ਼ਨ ਨਹੀਂ ਆਈ ਕੋਈ ਖਰਾਬ ਹੋਣ ਦੀ, ਮੈਨੂੰ ਇਨਫੋਰਮੇਸ਼ਨ ਅੱਜ ਹੀ ਰਿਸੀਵ ਹੋਈ ਹੈ, ਇਸ ਤੋਂ ਪਹਿਲਾਂ ਰਿਸੀਵ ਨਹੀਂ ਹੋਈ, ਅਤੇ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਜੇ ਹੀ ਅਪੁਆਇੰਟ ਕਰ ਦਿੱਤੇ ਨੇ। ਕਾਫੀ ਚਿਰ ਤੋਂ ਖਰਾਬ ਨਹੀਂ, ਕਿਸੇ ਦੱਸਿਆ ਵੀ ਅਗਰ ਨਹੀਂ ਦੱਸਿਆ ਤਾਂ ਨਹੀਂ ਜੀ। ਮਸ਼ੀਨਰੀ ਦਾ ਇਹ ਹੈ ਵੀ ਜੇ ਅੱਜ ਜੇ ਚੱਲਦੀ ਹੈ ਤਾਂ ਇਹ ਵੀ ਹੋ ਸਕਦਾ ਵੀ ਸ਼ਾਮ ਨੂੰ ਜੇ ਚੱਲਦਾ ਸੀ ਤਾਂ ਰਾਤ ਨੂੰ ਬੰਦ ਹੋ ਗਿਆ। ਲੰਬੇ ਸਮੇਂ ਤੋਂ ਏ ਸੀ ਦੀ ਰਿਪੇਅਰ ਜਦੋਂ ਤੋਂ ਹੀ ਗਰਮੀ ਸ਼ੁਰੂ ਹੋਈ ਹੈ, ਜੇ ਈ ਇੱਕ ਪਰਮਾਨੈਂਟ ਅਪੁਆਇੰਟ ਕੀਤਾ ਹੋਇਆ, ਟਾਈਮ ਟੂ ਟਾਈਮ ਇਹਨਾਂ ਦੀ ਸਰਵਿਸ ਵੀ ਹੋ ਰਹੀ ਹੈ ਅਤੇ ਏ ਸੀ ਦੀ ਰਿਪੇਅਰ ਵੀ ਹੋ ਰਹੀ ਹੈ।